मनीमाचरा स्थित पार्कों में मूलभूत सुविधाएं न होने से वहां के स्थानीय निवासी काफी परेशान हैं। इस इलाके में चूड़ियों वाले मोहल्ले में दो पार्क हैं। एक पार्क तो पूरी तरह से खस्ता हाल है और दूसरा एक छोटा सा पार्क उसके साथ लगता है, जिसमें किसी भी तरह की कोई भी मूलभूत सुविधाएं नहीं है, जिसके कारण यहाँ के स्थानीय निवासियों में काफी रोष है। स्थानीय निवासियों का कहना है कि उन्हें मूलभूत सुविधाएं उपलब्ध करवाई जानी चाहिए और उनकी क्या क्या समस्याएं उन्होंने हमारी टीम के साथ साझा की, आइए जानते हैं इस पूरी रिपोर्ट में। नाम है जी आपका? मेरा नाम दविंदर कुमार है जी। क्या समस्या आ रही है? पार्क की समस्या आ रही है जी, 6 महीने साल हो गए जी इस पार्क न। ਪਹਿਲਾਂ ਕੌਂਸਲਰ ਸੀਗੇ ਆਪਣੇ ਜਗਤਾਰ ਸਿੰਘ ਜੱਗਾ ਜੀ, ਉਹਨਾਂ ਦੇ ਟਾਈਮ 'ਚ ਬਹੁਤ ਸੋਹਣਾ ਪਾਰਕ ਸੀਗਾ। ਉਹਨਾਂ ਦੇ ਬਾਅਦ ਇਲੈਕਸ਼ਨ ਆ ਚੁੱਕੇ ਆ, ਹੁਣ ਵਾਰਡ ਦਾ ਕੌਂਸਲਰ ਚੇਂਜ ਹੋ ਗਿਆ, ਉਹਦੇ ਬਾਅਦ ਪਾਰਕ ਦਾ ਬੁਰਾ ਹਾਲ ਹੈ। ਅਤੇ ਉਸ ਤੋਂ ਬਾਅਦ ਅਸੀਂ ਪ੍ਰਯਾਸ ਕਰਿਆ ਕਾਫੀ ਟਾਈਮ, ਫਿਰ ਉਹਦੇ ਬਾਅਦ ਤੁਹਾਡੇ ਨਿਊਜ਼ ਦੇ ਰਾਹੀਂ ਅਸੀਂ ਨਿਊਜ਼ ਲਵਾਈ ਸੀ, ਉਹਦੇ ਬਾਅਦ ਥੋੜ੍ਹਾ ਬਹੁਤ ਕੰਮ ਚੱਲਿਆ, ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਸੌ ਗਿਆ ਜੀ, ਆਹ ਦੁਬਾਰੇ ਕੰਮ ਫਿਰ ਰੁਕ ਗਿਆ। ਇਸ ਕਰਕੇ ਅੱਜ ਅਸੀਂ ਸਾਰੇ ਕੰਮ ਨੂੰ ਦੇਖਦੇ ਹੋਏ, ਅਸੀਂ ਅੱਜ ਆਪਣੇ ਜਿਹੜੇ ਸਾਡੇ ਡਿਪਟੀ ਮੇਅਰ ਸੀਗੇ ਜਗਤਾਰ ਸਿੰਘ ਜੱਗਾ ਜੀ, ਅਸੀਂ ਅੱਜ ਉਹਨਾਂ ਨੂੰ ਬੁਲਾਇਆ, ਉਹਨਾਂ ਨੇ ਅੱਜ ਸਾਨੂੰ ਵਿਸ਼ਵਾਸ ਦਿਲਾਇਆ ਕਿ ਤੁਹਾਡੇ ਪਾਰਕ ਦਾ ਕੰਮ ਦੁਬਾਰੇ ਅਸੀਂ ਵਧੀਆ ਕਰਕੇ ਦੇਵਾਂਗੇ, ਤਾਂ ਵਧੀਆ ਬਣਾ ਕੇ ਦਊਂਗੇ ਪਾਰਕ ਨੂੰ। ਤੁਹਾਡੇ ਪਾਰਕ ਦੇ ਵਿੱਚ ਸਰ ਤੁਹਾਡੇ? ਹਾਂਜੀ, ਕਮੀਆਂ ਕਿਆ ਕਿਆ? ਸਾਡੇ ਪਾਰਕ ਦੇ ਅੰਦਰ ਕਮੀ ਇਹੀ ਹੈ ਜੀ, ਇੱਕ ਤਾਂ ਜਿੰਮ ਨਹੀਂ ਹੈਗੀ ਉਰੇ ਜੀ, ਓਪਨ ਏਅਰ ਜਿੰਮ ਨਹੀਂ ਹੈਗੀ ਇੱਥੇ ਜੀ। ਦੂਜੀ ਗੱਲ, ਪ੍ਰੋਪਰ ਪਾਣੀ ਨਹੀਂ ਮਿਲਦਾ ਪੌਦੇ, ਪੇੜ ਪੌਦਿਆਂ ਨੂੰ ਹਰਿਆਲੀ ਸਾਰੀ ਸੁੱਕਦੀ ਜਾ ਰਹੀ ਹੈ, ਬਿਲਕੁਲ ਪਾਣੀ ਨਹੀਂ ਹੈ। ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਯਾਤਰਾ? ਅਸੀਂ ਤੁਹਾਡੇ ਆਪਣੇ ਜਿਹੜੇ ਪ੍ਰਸ਼ਾਸਨ ਕਾਰਪੋਰੇਸ਼ਨ ਦੇ ਅਫਸਰ ਹਾਂ, ਅਸੀਂ ਤਾਂ ਉਹਨਾਂ ਨੂੰ ਇਹੀ ਰਿਕੁਐਸਟ ਕਰ ਸਕਦੇ ਹਾਂ ਕਿ ਸਾਡਾ ਪਾਰਕ ਹਰਾ ਭਰਾ ਕਰਿਆ ਜਾਵੇ, ਇੱਥੇ ਜਿੰਮ ਲੱਗੇ, ਕੁਰਸੀਆਂ ਦੀ ਕਮੀ ਹੈ, ਬੱਚਿਆਂ ਦੇ ਝੂਟਿਆਂ ਦੀ ਵੀ ਕਮੀ ਹੈ, ਜਿੰਮ ਦੀ ਕਮੀ ਹੈ, ਕੁਰਸੀਆਂ ਝੂਟੇ ਬਹੁਤ, ਮਤਲਬ ਕਿ ਕੰਮ ਪੈਂਡਿੰਗ ਹੈ ਜੀ ਪਾਰਕ ਦਾ ਕਹਿਣਾ। ਉੱਥੇ ਪਰਲੀ ਸਾਈਡ ਜਿਹੜਾ ਪਾਰਕ ਹੈ ਉਹ ਬਿਲਕੁਲ ਹਰਾ ਭਰਿਆ, ਉੱਥੇ ਝੂਟੇ ਵੀ ਹੈ, ਓਪਨ ਏਅਰ ਜਿੰਮ ਵੀ ਹੈ, ਸਾਰਾ ਕੁਛ ਲੱਗਿਆ ਹੋਇਆ ਜੀ। ਕਿਆ ਨਾਮ ਹੈ ਜੀ ਤੁਹਾਡਾ? ਮੇਰਾ ਨਿਸ਼ਾਂਤ ਕੁਮਾਰ। ਹਾਂਜੀ, ਲੋਕਲੀ ਹੈ ਜੀ। ਸਮੱਸਿਆ ਇਹ ਹੈ ਜੀ, ਇੱਥੇ ਨਾ ਪਾਣੀ ਦੀ ਦਿੱਕਤ ਹੈ ਜੀ ਬਹੁਤ ਜ਼ਿਆਦਾ ਜੀ, ਪੇੜ ਪੌਦੇ ਬਿਲਕੁਲ ਸੁੱਕ ਚੁੱਕੇ ਜੀ, ਬਜ਼ੁਰਗ ਬਹੁਤ ਤੰਗ ਹੈ ਜੀ, ਕੋਈ ਕੰਮ ਨਹੀਂ ਹੋ ਰਿਹਾ ਇੱਥੇ ਜੀ। ਰਿਹਾਇਸ਼ੀ ਤਾਂ ਜੀ ਬੇਗਿਣਤੀ ਹੈ ਜੀ, ਰਿਹਾਇਸ਼ੀ ਤਾਂ ਬਹੁਤ ਹੈ ਜੀ ਇੱਥੇ, ਰਿਹਾਇਸ਼ੀ ਤਾਂ ਪ੍ਰੋਬਲਮ ਇਹੀ ਹੈ ਜੀ ਇੱਥੇ। ਦੇਖੋ ਜੀ, ਪੇੜ ਪੌਦੇ ਸੁੱਕਦੇ ਜਾ ਰਹੇ ਆ ਜੀ, ਖੱਡੇ ਹੀ ਖੱਡੇ ਆ ਜਗ੍ਹਾ ਜਗ੍ਹਾ, ਦੇਖੋ ਪਾਰਕ ਆ, ਬਹੁਤ ਬੁਰਾ ਹਾਲ ਹੈ ਜੀ, ਗੰਦਗੀ ਗੰਦਗੀ ਹੈ ਜੀ ਸਾਰੀ ਜਗ੍ਹਾ। ਚਾਹੁੰਦੇ ਹਾਂ ਜੀ ਕਿ ਦੁਬਾਰਾ ਪਾਰਕ ਤਿਆਰ ਹੋ ਜੀ, ਇੱਕ ਵਾਰੀ ਪਹਿਲਾਂ ਹੋਇਆ ਸੀ ਤਿਆਰ, ਹੁਣ ਸਾਲ ਤੋਂ ਵੀ ਵੱਧ ਹੋ ਗਿਆ ਜੀ ਤਿਆਰ ਹੋਏ ਨੂੰ, ਬਹੁਤ ਬੁਰਾ ਹਾਲ ਹੈ ਜੀ। ਮੇਨ ਸਮੱਸਿਆ ਜੀ ਬਜ਼ੁਰਗ, ਦੇਖੋ ਬੈਠੇ ਹਾਂ ਅਸੀਂ, ਵਿਹਲੇ ਬੈਠੇ ਹਾਂ ਅਸੀਂ, ਤੰਗ ਹੋ ਰਹੇ ਹਾਂ ਵਿਚਾਰੇ ਸਾਰੇ ਬਜ਼ੁਰਗ, ਅਤੇ ਇੱਥੇ ਲੱਗੇ ਕਿ ਹੱਟ ਲੱਗੇ, ਇੱਥੇ ਓਪਨ ਏਅਰ ਜਿੰਮ ਹੋ, ਠੀਕ ਹੈ, ਬੱਚੇ ਹਾਂ ਝੂਲੇ ਲਏ, ਇਹ ਸਾਰਾ ਹੋਣਾ ਚਾਹੀਦਾ ਜੀ ਪਾਰਕ 'ਚ, ਜੋ ਇੱਕ ਪਾਰਕ 'ਚ ਬਣਦਾ ਜੀ। ਮੇਰਾ ਸੰਦੀਪ ਕੁਮਾਰ। ਸਮੱਸਿਆ ਭਾਅ ਜੀ ਆਪਣੇ ਸਾਹਮਣੇ ਪਾਰਕ ਕੀ ਹੈ ਦੇਖ ਲਓ, ਪਾਰਕ ਮੈਂ ਇੰਨਾ ਬੁਰਾ, ਨਾ ਤਾਂ ਕੋਈ ਲੇਡੀਜ਼ ਕੋਈ ਬੈਠ ਸਕਦੀ, ਨਾ ਬਜ਼ੁਰਗ ਬੈਠ ਸਕਦਾ ਕਹੀਂ, ਨਾ ਬੱਚੇ ਕਹੀਂ ਖੇਡ ਸਕਦੇ, ਯਹਾਂ ਬਿਲਕੁਲ ਨਾ ਲਾਈਟ ਲਾਈਟ ਕੀ ਸੁਵਿਧਾ, ਨਾ ਕੁਛ ਕਾਸੀ ਚੀਜ਼ ਕੀ, ਨਾ ਕੁਰਸੀਆਂ ਬੈਠਣੇ ਨੂੰ ਹੈ ਉਰੇ, ਨਾ ਬੈਂਚ ਹੈ, ਨਾ ਇੱਕ ਕੂਏ ਗੇਟ ਪਰ ਲੇਡੀਜ਼ ਜਾਵਾਂ ਬੱਚੇ ਖੇਡ ਵੀ ਨਹੀਂ ਸਕਦੇ ਕਿਸੇ ਚੀਜ਼ ਮੈਂ, ਖੱਡੇ ਮੈਂ ਨਿਆਣੇ ਕਿਸੇ ਕੇ ਚੋਟ ਲੱਗੀ ਉਹ ਹੈ, ਹਰ ਚੀਜ਼ ਮੈਂ ਤਾਂ ਬੁਰਾ ਹਾਲ ਹੈ ਯਹਾਂ ਪਾਰਕ ਕਾ। ਆਪ ਮੇਰੀ ਮੰਗ ਹੈ ਵੀ ਪਾਰਕ ਮੈਂ ਜੋ ਜੋ ਸੁਵਿਧਾ ਸਾਰੀ ਹੋਣੀ ਚਾਹੀਦੀ ਹੈ, ਇਹਨੂੰ ਠੀਕ ਕਰਾਇਆ ਜਾਵੇ ਪ੍ਰੋਪਰ ਤਰੀਕੇ ਦੇ, ਜਿੰਮ ਲੱਗਣੇ ਚਾਹੀਦੇ, ਝੂਲੇ ਲੱਗਣੇ ਚਾਹੀਦੇ ਬੱਚਿਆਂ ਵਾਸਤੇ, ਬਜ਼ੁਰਗਾਂ ਵਾਸਤੇ ਸੀਟਾਂ ਲੱਗਣੀ ਚਾਹੀਦੀ, ਬੈਂਚ ਲੱਗਣਾ ਚਾਹੀਦੇ, ਝੋਂਪੜੀ ਲੱਗਣੀ ਚਾਹੀਦੀ, ਲਾਈਟ ਲੱਗਣੀ ਚਾਹੀਦੀ, ਕੂੜੇ ਦੇ ਡੱਬੇ ਲੱਗਣੇ ਚਾਹੀਦੇ, ਕੱਖ ਲੱਗਣੀ ਚਾਹੀਦੀ ਚੰਗੀ ਤਰ੍ਹਾਂ, ਇਹ ਸਾਰੀ ਚੀਜ਼ਾਂ ਪੂਰੀ ਹੋਣੀਆਂ ਚਾਹੀਦੀਆਂ। ਅਫਸਰਾਂ ਨੂੰ ਕਹੋ ਪਹਿਲੇ ਇੱਧਰ ਵਾਲੇ ਪਾਰਕ ਵੀ ਆ ਕੇ ਦੇਖੋ ਵੀ ਪਾਰਕ ਦਾ ਕਿਆ ਹਾਲ ਹੈ, ਉੱਧਰ ਤੁਸੀਂ ਗੇੜਾ ਮਾਰ ਕੇ ਯਹਾਂ ਵੀ ਆ ਕੇ ਦੇਖੋ ਵੀ ਕਿੰਨਾ ਬੁਰਾ ਹਾਲ ਹੈ ਪਾਰਕ, ਯਹਾਂ ਕਿੰਨੇ ਬਜ਼ੁਰਗ ਪਰੇਸ਼ਾਨ ਹੋ ਰਹੇ, ਬੱਚੇ ਪਰੇਸ਼ਾਨ ਹੋ ਰਹੇ, ਨਾ ਕੋਈ ਆਉਣੇ ਨੂੰ ਜਗ੍ਹਾ, ਨਾ ਜਾਣੇ ਨੂੰ ਜਗ੍ਹਾ।
ਸਾਨੂੰ ਇੱਥੇ ਜਿੰਮ ਜੁੰਮ ਲੱਗ ਜਾਏ, ਕੁਰਸੀਆਂ ਕੁਰਸੀਆਂ ਲੱਗ ਜਾਵੇ ਭਾਈ, ਔਖੀ ਹੈ ਬੈਠਣੀ ਜੀ ਸਾਨੂੰ ਬਹੁਤ। ਕੁਰਸੀਆਂ ਵੀ ਨਹੀਂ ਉਰੇ? ਨਾ ਕੁਰਸੀਆਂ ਵੀ ਨਹੀਂ, ਇੱਕ ਕੁਰਸੀ ਨਹੀਂ ਹੈਗੀ ਉਰੇ ਤਾਂ। ਅਸੀਂ ਬਹੁਤ ਔਖੇ ਘਰ 'ਤੇ ਲਿਆ ਕੇ ਕੁਰਸੀਆਂ ਤਾਂ ਬੈਠਦੇ ਸੀ। ਜਿੰਮ ਚਾਹੀਦੀ ਭਾਈ, ਨਾ ਲੈਟ ਇੱਧਰ ਨੂੰ ਜਮੇ ਨੇ, ਇੱਕ ਲੈਟ ਉੱਧਰ ਵੱਲ। ਇਹ ਬਸ ਇਹੀ ਚੀਜ਼ਾਂ ਚਾਹੁੰਦੇ ਅਸੀਂ, ਬਣ ਜਾਏ ਸਫਾਈ ਸਫੂਈ ਹੋ ਜਾਵੇ ਪਾਰਕ ਦੀ, ਹੈਂ ਅੱਛੀ ਤਰ੍ਹਾਂ ਝਾੜੂ ਝੂੜੂ ਮਾਰ ਕੇ ਲੈ ਜਾਵਾਂ, ਉਹ ਕੂੜਾ ਕਾੜਾ ਪਿਆ ਰਹਿੰਦਾ ਇੱਥੇ, ਦਰਵਾਜ਼ੇ ਮੂਹਰੇ ਕੱਚਾ ਪੱਕਾ। ਹਾਂ ਇਹ ਤਾਂ ਅੱਜ ਕਹਿ ਗਏ ਉਹ ਵਿਆਹ ਚੀਜ਼ ਅਸੀਂ ਲਵਾ ਦੂੰਗੇ, ਕਹਿ ਤਾਂ ਵੀ ਕੁਰਸੀਆਂ ਭੇਜੂੰਗੇ ਅਸੀਂ, ਜਿੰਮ ਵੀ ਭੇਜੂੰਗੇ, ਝੂਲਾ ਬੱਚਿਆਂ ਵਾਸਤੇ ਕਹਿ ਕੇ ਤਾਂ ਗਏ, ਬਾਕੀ ਆਪਣੇ ਦੇਖੋ। ਅੱਜ ਸਾਡੇ ਇੱਥੇ ਮੁਹੱਲੇ ਵਾਲਿਆਂ ਨੇ ਆਪਣੇ ਪਾਰਕ ਦਾ ਹਾਲ ਦਿਖਾਇਆ ਬੁਲਾ ਕੇ, ਜੋ ਕਿ ਨਾ ਪਿਛਲੇ ਟਰਮ 'ਚ ਮੇਰੇ ਸੀਨੀਅਰ ਆਪਣਾ ਡਿਪਟੀ ਮੇਅਰ ਰਹਿੰਦੇ ਹੋਏ ਦਾ ਕੰਮ ਬਹੁਤ ਵਧੀਆ ਹੋ ਗਿਆ ਸੀਗਾ। ਜਿਹੜੇ ਕੰਮ ਇਹਦੇ ਬੈਲੈਂਸ ਰਹਿ ਗਏ, ਕੁਝ ਬੈਂਚਿਸ ਸੀ, ਹੱਟਾਂ ਸੀਗੀਆਂ, ਦੋ ਓਪਨ ਏਅਰ ਜਿੰਮ, ਹਾਈ ਮਾਸਕ ਲਾਈਟ ਅਤੇ ਕੁਝ ਐਂਟਰੀ ਵਗੈਰਾ ਅਤੇ ਫੁੱਟਪਾਥ ਰਿਪੇਅਰ ਦਾ, ਉਹ ਬਜ਼ੁਰਗਾਂ ਨੇ ਆਪਣਾ ਕੰਮ ਦੱਸਿਆ ਕਿ ਦੂਸਰੀ ਸਾਈਡ ਦਾ ਸਾਰੀ ਚੀਜ਼ਾਂ ਲੱਗ ਗਈਆਂ, ਪਰ ਇਸ ਪਾਰਕ 'ਚ ਸਾਡੇ 'ਚ ਹੁਣ ਤੱਕ ਕੋਈ ਸਮਾਨ ਨਹੀਂ ਲੱਗਿਆ। ਮੈਂ ਉਹਨਾਂ ਦੀ ਗੱਲਾਂ ਸੁਣੀਆਂ ਅਤੇ ਮੈਨੂੰ ਲੱਗਦਾ ਕਿ ਬਿਲਕੁਲ ਜਾਇਜ਼ ਮੰਗ ਗਿਆ ਮੁਹੱਲੇ ਵਾਲਿਆਂ ਦੀ, ਅਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਜਲਦੀ ਤੋਂ ਜਲਦੀ ਇਸ ਨੂੰ ਪੂਰਾ ਕਰਾ ਕੇ ਕੰਮ ਨੂੰ ਲੋਕਾਂ ਨੂੰ ਇੱਕ ਚੰਗਾ ਪਾਰਕ ਉਹਨਾਂ ਦੇ ਸਪੁਰਦ ਕਰਿਆ ਜਾਏ। ਮੇਨ ਸੀਗੀ ਪਾਣੀ ਦੀ ਲਾਈਨ ਸੀ, ਜੋ 300 ਫੁੱਟ ਪੈਣੀ ਸੀਗੀ, ਹੁਣ ਤੱਕ ਪਈ ਨਹੀਂ, ਜਿਸ ਵਜ੍ਹਾ ਦੇ ਉੱਥੇ ਘਰ ਨਹੀਂ ਹੋ ਰਿਹਾ, ਅਤੇ ਬੱਚਿਆਂ ਨੂੰ ਘੁੰਮਣ ਲਈ ਬਜ਼ੁਰਗਾਂ ਨੂੰ ਫੁੱਟਪਾਥ ਹੈ ਜੋ ਟੁੱਟਿਆ ਹੋਇਆ ਹੈ, ਅਤੇ ਇਸ ਕਰਕੇ ਘੁੰਮ ਨਹੀਂ ਸਕਦੇ, ਅਤੇ ਓਪਨ ਏਅਰ ਜਿੰਮ ਦੀ ਸਪੈਸ਼ਲ ਡਿਮਾਂਡ ਲੇਡੀਜ਼ ਨੇ ਕੀਤੀ ਹੈ, ਜਿਸ ਦੇ ਲਈ ਮੈਨੂੰ ਲੱਗਦਾ ਕਿ ਅਸੀਂ ਜਲਦੀ ਹੀ ਇੱਥੇ ਕਾਰਪੋਰੇਸ਼ਨ ਦੀ ਤਰਫੋਂ ਓਪਨ ਏਅਰ ਜਿੰਮ ਜੋ ਜੋ ਡਿਮਾਂਡਾਂ ਇਹਨਾਂ ਰੱਖੀਆਂ ਅਸੀਂ ਪੂਰੀਆਂ ਕਰਾਂਗੇ। ਮੌਕੇ ਤੋਂ ਮੈਂ ਆਪਣਾ ਹੋਰਟੀਕਲਚਰ ਦੇ ਅਫਸਰ ਦੇ ਨਾਲ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਕਿ ਹਾਂ ਇੱਥੇ ਹੈ ਕੁਝ ਪ੍ਰੋਬਲਮ, ਔਰ ਜਲਦੀ ਹੀ ਅਸੀਂ ਪੂਰੇ ਮੁਹੱਲੇ ਤੋਂ ਸਾਈਨ ਕਰਾ ਕੇ ਆਪਣੇ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਦੇਵਾਂਗੇ, ਅਤੇ ਜਿਹਦੇ ਨਾਲ ਛੇਤੀ ਤੋਂ ਛੇਤੀ ਚਾਹੇ ਹਾਊਸ 'ਚ ਆਏ ਇਹਦਾ ਏਜੰਡਾ, ਚਾਹੇ FNCC 'ਚ ਆਏ, ਚਾਹੇ ਅਸੀਂ ਕਿਸੇ ਹੋਰ ਖਾਤੇ ਤੋਂ ਸੀਨੀਅਰ ਡਿਪਟੀ ਜਾਂ ਮੇਅਰ ਦੇ ਖਾਤੇ ਤੋਂ ਕਰਾਈਏ, ਇਹ ਕੰਮ ਅਸੀਂ ਕਰਾ ਕੇ ਦੇਵਾਂਗੇ ਇਸ ਮੁਹੱਲੇ ਦਾ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ TV ਔਰ ਬੈਲ ਆਈਕਨ ਦਬਾਨਾ ਨਾ ਭੁਲੇਂ।